ਅਸੀਂ ਐਕਸਰਸਾਈਜ਼ 4.4 ਦਾ ਸਮ ਫਸਟ ਦੇਖਾਂਗੇ। ਚੈੱਕ ਵੈਦਰ ਦਾ ਫੋਲੋਇੰਗ ਫਰੈਕਸ਼ਨਸ ਆਰ ਇਨ ਇਟਸ ਲੋਐਸਟ ਫੋਰਮ ਔਰ ਨੋਟ, ਕਿ ਜਿਹੜੀਆਂ ਫਰੈਕਸ਼ਨਸ ਸਾਨੂੰ ਦਿੱਤੀਆਂ ਹੋਈਆਂ ਨੇ ਇਹ ਆਪਣੇ ਲੋਐਸਟ ਫੋਰਮ ਵਿੱਚ ਹੈਗੀਆਂ ਨੇ, ਸਭ ਤੋਂ ਛੋਟੇ ਜਿਹੜੀ ਹੈਗੇ ਆਕਾਰ ਦੇ ਵਿੱਚ ਹੈਗੀਆਂ ਨੇ, ਜਾਂ ਫਿਰ ਇਹਨਾਂ ਨੂੰ ਹੋਰ ਵੀ ਛੋਟੇ ਨੰਬਰ ਵਿੱਚ ਅਸੀਂ ਕਨਵਰਟ ਕਰ ਸਕਦੇ ਹਾਂ। ਠੀਕ ਹੈ, ਇਹ ਅਸੀਂ ਕਿਸ ਤਰ੍ਹਾਂ ਦੇਖਣਾ ਵਾ। ਫਸਟ ਸਮ ਦੇਖੋ, ਏ 12/14 ਦਿੱਤਾ ਹੋਇਆ। ਟੂ ਚੈੱਕ ਫਸਟ ਵੀ ਫਾਈਂਡ ਐਫ ਸੀ ਐਫ ਆਫ 12 and 14, ਮਤਲਬ ਕਿ ਜੇ ਤਾਂ ਸਾਨੂੰ ਡਾਇਰੈਕਟਲੀ ਪਤਾ ਚੱਲ ਰਿਹਾ ਵਾ, ਠੀਕ ਹੈ, ਜਿਹੜੇ ਬੱਚਿਆਂ ਨੂੰ ਟੇਬਲਸ ਚੰਗੀ ਤਰ੍ਹਾਂ ਆਉਂਦੇ ਆ, ਡਾਇਰੈਕਟਲੀ ਪਤਾ ਚੱਲ ਰਿਹਾ ਕਿ ਇਹ ਦੋਨੋਂ ਨੰਬਰਸ ਕਿਸ ਟੇਬਲ ਵਿੱਚ ਆ ਰਿਹਾ ਕੋਮਨ, ਫਿਰ ਤਾਂ ਅਸੀਂ ਇਹਨਾਂ ਦੀ ਕਟਿੰਗ ਕਰਕੇ ਇੱਥੇ ਸਮ ਨੂੰ ਸੋਲਵ ਕਰ ਦਾਂਗੇ। ਪਰ ਇੱਕ ਇਹਦਾ ਜਿਹੜਾ ਮੈਥਡ ਆ, ਠੀਕ ਹੈ, ਸਮ ਸੋਲਵ ਕਰਨ ਦਾ, ਟੂ ਚੈੱਕ ਫਸਟ ਵੀ ਫਾਈਂਡ ਐਚ ਸੀ ਐਫ ਆਫ 12 and 14, ਅਸੀਂ ਕੋਮਨ ਫੈਕਟਰ ਕੱਢ ਲਾਂਗੇ, ਮਤਲਬ ਕਿ ਸਾਨੂੰ ਪਤਾ ਚੱਲ ਜਾਏਗਾ ਜੇ ਨਹੀਂ ਵੀ ਲਰਨ ਹੋ ਰਿਹਾ ਕਿ ਇਹ ਇਹਨਾਂ ਦਾ ਕੋਮਨ ਫੈਕਟਰ, ਮਤਲਬ ਕਿਹੜਾ ਟੇਬਲ ਆ ਜਿਸ ਦੇ ਵਿੱਚ ਦੋਨੋਂ ਨੰਬਰ ਆ ਰਹੇ ਨੇ, ਅਸੀਂ ਇਹਨਾਂ ਦਾ ਪ੍ਰਾਈਮ ਫੈਕਟਰਾਈਜੇਸ਼ਨ ਕਰਾਂਗੇ 12 ਦਾ, ਠੀਕ ਹੈ, ਫਿਰ 14 ਦਾ, ਮਤਲਬ ਕਿ ਐਚ ਸੀ ਐਫ ਜੋ ਅਸੀਂ ਲਾਸਟ ਜਿਹੜਾ ਚੈਪਟਰ ਸੀ ਉਹਦੇ ਵਿੱਚ ਸਿੱਖੇ ਸੀ। 2 ਦੇ ਨੰਬਰ ਤੋਂ ਸਟਾਰਟ ਕੀਤਾ, ਇੱਥੇ 6 ਆ ਗਿਆ, 2 6 ਦਾ 12 ਹੁੰਦਾ, ਫਿਰ 2 ਦੇ ਨੰਬਰ ਵਿੱਚ ਦੇਖਿਆ 6 ਹੈਗਾ, ਹਾਂਜੀ 3 ਨੰਬਰ 'ਤੇ ਹੈ, ਐਂਡ ਫਿਰ 3 ਦੇ ਟੇਬਲ ਵਿੱਚ ਦੇਖਿਆ 3 1 ਨੰਬਰ 'ਤੇ ਆ ਰਿਹਾ। ਠੀਕ ਹੈ ਜੀ, ਹੁਣ 14 ਦੇ ਫੈਕਟਰ, 2 ਦੇ ਟੇਬਲ ਵਿੱਚ 7 ਆ ਰਿਹਾ, ਅਤੇ 7 ਲਿਖ ਲਿਆ ਵਾ, 7 ਦੇ ਟੇਬਲ ਵਿੱਚ 7 1 ਆ ਗਿਆ। ਠੀਕ ਹੈ ਜੀ, ਹੁਣ ਸਾਨੂੰ ਪਤਾ ਅਸੀਂ ਕੋਮਨ ਫੈਕਟਰਸ ਕੱਢਦੇ ਹਾਂ, ਅਸੀਂ ਜ਼ਿਆਦਾ ਡੀਪਲੀ ਇਹਨੂੰ ਲੈਂਥੀ ਨਹੀਂ ਕਰਨਾ ਕਿਉਂਕਿ ਅਸੀਂ ਜਸਟ ਇੱਕ ਫਾਰਮੂਲਾ ਲਿਆ ਵਾ ਐਕਸੀ ਐਫ ਦਾ ਇੱਥੇ। ਫਿਰ ਅਸੀਂ ਇੱਥੋਂ ਹੀ ਦੇਖ ਲਿਆ ਕਿ ਕੋਮਨ ਫੈਕਟਰ, ਮਤਲਬ ਇੱਥੇ ਸਟਾਰਟਿੰਗ 1 2 ਤੋਂ ਹੋ ਰਹੀ ਹੈ, ਇੱਥੇ ਵੀ ਹੋ ਰਹੀ ਹੈ, 2 ਦੋਨਾਂ ਵਿੱਚ ਆ ਰਿਹਾ ਨਾ 2 ਫੈਕਟਰ, ਤਾਂ ਤਾਂ ਮਤਲਬ ਐਕਸੀ ਐਫ ਜਿਹੜਾ ਹੈਗਾ 2 ਆ ਗਿਆ, ਕਿਉਂਕਿ ਦੁਬਾਰਾ 2 ਇੱਥੇ ਇੱਕ ਵਾਰੀ ਹੈਗਾ, ਅਗਲੇ ਨੈਕਸਟ ਟਾਈਮ ਦੂਜੇ ਨੰਬਰ ਦੇ ਵਿੱਚ 2 ਨਹੀਂ ਹੈਗਾ, ਐਂਡ 3 ਵੀ ਇੱਧਰ ਨਹੀਂ ਹੈਗਾ, 7 ਇੱਧਰ ਨਹੀਂ ਹੈਗਾ, ਓਨਲੀ 2 ਜਿਹੜਾ ਹੈਗਾ ਕੋਮਨ ਫੈਕਟਰ, ਜੇ 2 ਵਾਰੀ ਤਾਂ ਅਸੀਂ ਇੱਕ ਵਾਰੀ ਲਵਾਂਗੇ ਕੋਮਨ ਕੱਢਾਂਗੇ, ਮਤਲਬ ਕਿ ਹੁਣ 2 ਦਾ ਟੇਬਲ ਆ ਜਿਸ ਦੇ ਵਿੱਚ ਇਹ ਦੋਨੋਂ ਨੰਬਰਸ ਆ ਰਹੇ ਆ। ਠੀਕ ਹੈ, ਕੀ ਕਰਨਾ ਵਾ, ਅਸੀਂ 2 ਨੂੰ ਉੱਪਰ ਐਂਡ ਨੀਚੇ ਨਿਊਮੀਨੇਟਰ ਐਂਡ ਡਿਨੋਮੀਨੇਟਰ ਨੂੰ ਡਿਵਾਈਡ ਕਰਾਂਗੇ, ਇੱਥੇ ਡਿਵਾਈਡ ਦਾ ਸਾਈਨ ਪਾ ਲਿਆ, 2 ਨੂੰ ਆ 12 ਨਾਲ ਡਿਵਾਈਡ ਕੀਤਾ, ਜਦੋਂ ਸਾਡੇ ਕੋਲ ਆਂਸਰ ਆ ਜਾਏਗਾ 6, ਜਦੋਂ ਆਹ ਵਾਲੇ 2 ਨੂੰ ਅਸੀਂ 14 ਨਾਲ ਡਿਵਾਈਡ ਕੀਤਾ ਤਾਂ ਆਂਸਰ ਆ ਜਾਏਗਾ 7। ਜੇ ਸਾਨੂੰ ਉੱਦਾਂ ਹੀ ਪਤਾ ਵਾ ਡਿਵਾਈਡ ਕਰਨ ਦੀ ਜ਼ਰੂਰਤ ਨਹੀਂ ਹੈਗੀ, ਅਸੀਂ ਇਸ ਤਰ੍ਹਾਂ ਹੀ ਕਟਿੰਗ ਕਰ ਸਕਦੇ ਹਾਂ। ਠੀਕ ਹੈ, 2 6 ਦਾ 12 and 2 7 ਦਾ 14, ਇਸ ਤਰ੍ਹਾਂ ਵੀ ਆਂਸਰ ਜਿਹੜਾ ਹੈਗਾ ਕੱਢ ਸਕਦੇ ਹਾਂ ਅਸੀਂ। ਪਰ ਐਚ ਸੀ ਐਫ ਜ਼ਰੂਰ ਕੱਢ ਲਿਆ ਕਰੋ, ਉਹਦੇ ਨਾਲ ਸਾਡਾ ਸਮ ਰੋਂਗ ਨਹੀਂ ਹੋਏਗਾ ਐਂਡ 'ਤੇ ਹੈਗਾ, ਕਿਉਂਕਿ ਅਸੀਂ ਕਟਿੰਗ ਕਰਕੇ ਆਂਸਰ ਛੋਟਾ ਲਿਆਂਦਾ ਵਾ, ਪਹਿਲਾਂ ਹੀ ਛੋਟਾ ਨਹੀਂ ਹੈਗਾ। ਉਹਨਾਂ ਨੇ ਕਿਹਾ ਚੈੱਕ ਵੈਦਰ ਦਾ ਫੋਲੋਇੰਗ ਫਰੈਕਸ਼ਨਸ ਆਰ ਇਨ ਇਟਸ ਲੋਐਸਟ ਫੋਰਮ ਔਰ ਨੋਟ, ਵੀ ਕੀ ਲੋਐਸਟ ਫੋਰਮ ਵਿੱਚ ਹੈਗੀਆਂ ਨੇ ਜਾਂ ਨਹੀਂ। ਨਹੀਂ ਹੈਗੀ ਨਾ, ਅਸੀਂ ਆਪਣੇ ਆਪ ਬਣਾਈ ਆ 6/7, ਇਸ ਤੋਂ ਬਾਅਦ ਤੁਸੀਂ ਇਹਨੂੰ ਛੋਟਾ ਨਹੀਂ ਕਰ ਸਕਦੇ। ਨੋ ਫਰੈਕਸ਼ਨ ਇਜ਼ ਨੋਟ ਇਨ ਇਟਸ ਲੋਐਸਟ ਫੋਰਮ, ਜੇਕਰ ਇਹ ਕਟਿੰਗ ਹੋ ਰਹੀ ਹੈ, ਮਤਲਬ ਕਿਸੇ ਟੇਬਲ 'ਚ ਆ ਰਹੇ ਨੇ ਕੋਮਨ 'ਚ, ਤਾਂ ਮਤਲਬ ਇਹ ਲੋਐਸਟ ਫੈਕਟਰ ਜਿਹੜੀ ਫਰੈਕਸ਼ਨ ਨਹੀਂ ਹੈ।